ਸੀ ਕਾਨੂੰਨਾਂ ਨੂੰ ਰੱਦ ਕਰਨ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ? ਪਹਿਲਾਂ ਤਾਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਮੈਂ ਲੱਖ ਲੱਖ ਵਧਾਈਆਂ ਦਿੰਦਾ। ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਹੀ ਅੱਜ ਮੈਂ ਕਹਿੰਦਾ ਮੋਦੀ ਸਾਹਿਬ ਦੇ ਮਨ ਸਮੱਤਿਆ ਪਈ ਆ, ਦੇਰ ਆਏ ਦਰੁਸਤ ਆਏ ਆ। ਚਲੋ ਤਿੰਨ ਖੇਤੀ ਕਾਨੂੰਨ ਰੱਦ ਕਰਨ ਦੀ ਤਾਂ ਉਹਨਾਂ ਨੇ ਗੱਲ ਕੀਤੀ ਹੈ, ਨਾਲ ਦੀ ਨਾਲ MSP 'ਤੇ ਗਰੰਟੀ ਸਾਡੀ, ਉਹਦਾ ਕਾਨੂੰਨ ਹਾਲੇ ਤੱਕ ਬਣਾਉਣ ਵਾਲਾ ਪਿਆ, ਸ਼ਾਇਦ ਉਹਨਾਂ ਨੂੰ ਚੇਤਾ ਭੁੱਲ ਗਿਆ। ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਇਹਦਾ MSP ਦੀ ਗਰੰਟੀ ਦਾ ਕਾਨੂੰਨ ਵੀ ਨਾਲ ਹੀ ਬਣਾਓ। ਨਾਲ ਸਾਡੇ ਇੱਕ ਪਰਾਲੀ ਦਾ ਮਸਲਾ ਸੀਗਾ, ਧੂੰਏ ਦਾ ਮਸਲਾ ਸੀਗਾ, ਇੱਕ ਬਿਜਲੀ ਬਿੱਲ 2020 ਦਾ ਮਸਲਾ ਆ, ਇਹ ਸਾਰੇ ਮਸਲਿਆਂ ਨੂੰ ਵੀ ਨਾਲ ਹੀ ਨਾਲ ਵਿਚਾਰ ਕੇ ਇਹਦਾ ਹੱਲ ਕੱਢਿਆ ਜਾਵੇ, ਜਾਂ ਕੋਈ ਕਮੇਟੀ ਬਣਾ ਕੇ, ਜਾਂ ਆਪਣੇ ਜਿੰਨੇ ਵੀ ਇਹਨਾਂ ਦੇ ਮੰਤਰੀ MP ਹੈਗੇ ਆ ਸਾਡੇ ਨਾਲ ਬਿਠਾ ਕੇ ਉਹਨਾਂ ਦੀ ਮੀਟਿੰਗ ਕਰਾ ਕੇ ਜਿਹੜੇ ਮਸਲੇ ਬਾਕੀ ਵੀ ਰਹਿ ਗਏ ਆ ਉਹਨਾਂ ਨੂੰ ਵੀ ਹੱਲ ਕਰਾਇਆ ਜਾਵੇ। ਜਿਸ ਤਰ੍ਹਾਂ ਹੁਣ ਮੋਦੀ ਸਾਹਿਬ ਕਹਿ ਰਿਹਾ ਕਿ ਮੈਂ ਐਲਾਨ ਕਰ ਦਿੱਤਾ ਕਿ ਇਹ ਸੰਘਰਸ਼ ਜਿਹੜਾ ਇਹ ਚੱਕ ਲਓ, ਇਸ ਤਰ੍ਹਾਂ ਪ੍ਰਧਾਨ ਮੰਤਰੀ ਜੀ, ਇਸ ਤਰ੍ਹਾਂ ਸੰਘਰਸ਼ ਨਹੀਂ ਚੱਕਿਆ ਜਾਣਾ। ਪਹਿਲਾਂ ਪਾਰਲੀਮੈਂਟ ਸੈਸ਼ਨ ਬੁਲਾ ਕੇ ਤੁਸੀਂ ਇਹਨੂੰ ਜਿਸ ਤਰ੍ਹਾਂ ਕਾਨੂੰਨ ਲਾਗੂ ਕੀਤੇ ਸੀ ਉਸ ਤਰ੍ਹਾਂ ਕਾਨੂੰਨਾਂ ਨੂੰ ਰੱਦ ਕਰੋ। ਰੱਦ ਕਰਨ ਤੋਂ ਬਾਅਦ MSP 'ਤੇ ਸਾਨੂੰ ਗਰੰਟੀ ਦਿਓ, ਨਾਲ ਦੀ ਨਾਲ ਬਿਜਲੀ ਬਿੱਲ 2020 ਅਤੇ ਪਰਾਲੀ ਦਾ ਜਿਹੜਾ ਪੋਲਿਊਸ਼ਨ ਵਾਲਾ ਉਹ ਵੀ ਸਾਡਾ ਕਾਨੂੰਨ ਜਿਹੜਾ ਉਹ ਰੱਦ ਕਰੋ, ਤਾਂ ਜਿਹੜਾ ਅਸੀਂ ਸੰਘਰਸ਼ ਚੱਕਾਂਗੇ। ਪੂਰੇ ਜਿੰਨੇ ਵੀ ਸਾਡੇ ਕਾਨੂੰਨ ਤਿੰਨੇ ਰੱਦ ਕੀਤੇ ਆ, ਨਾਲ ਦੀ ਨਾਲ MSP 'ਤੇ ਗਰੰਟੀ ਦੇ ਕੇ ਤਾਂ ਦੂਜੇ ਵੀ ਕਾਨੂੰਨ ਰੱਦ ਕਰਕੇ ਕਿਸਾਨਾਂ ਨੂੰ ਆਪਣਾ ਆਪਣੇ ਘਰ ਭੇਜੋ। ਬਹੁਤ ਵਧੀਆ ਫੈਸਲਾ ਆ। ਤੁਸੀਂ ਕਾਨੂੰਨਾਂ ਨੂੰ ਰੱਦ ਕਰਨ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ? ਪਹਿਲਾਂ ਤਾਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਮੈਂ ਲੱਖ ਲੱਖ ਵਧਾਈਆਂ ਦਿੰਦਾ। ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਹੀ ਅੱਜ ਮੈਂ ਕਹਿੰਦਾ ਮੋਦੀ ਸਾਹਿਬ ਦੇ ਮਨ ਸਮੱਤਿਆ ਪਈ ਆ, ਦੇਰ ਆਏ ਦਰੁਸਤ ਆਏ ਆ। ਚਲੋ ਤਿੰਨ ਖੇਤੀ ਕਾਨੂੰਨ ਰੱਦ ਕਰਨ ਦੀ ਤਾਂ ਉਹਨਾਂ ਨੇ ਗੱਲ ਕੀਤੀ ਹੈ, ਨਾਲ ਦੀ ਨਾਲ MSP 'ਤੇ ਗਰੰਟੀ ਸਾਡੀ, ਉਹਦਾ ਕਾਨੂੰਨ ਹਾਲੇ ਤੱਕ ਬਣਾਉਣ ਵਾਲਾ ਪਿਆ, ਸ਼ਾਇਦ ਉਹਨਾਂ ਨੂੰ ਚੇਤਾ ਭੁੱਲ ਗਿਆ। ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਇਹਦਾ MSP ਦੀ ਗਰੰਟੀ ਦਾ ਕਾਨੂੰਨ ਵੀ ਨਾਲ ਹੀ ਬਣਾਓ। ਨਾਲ ਸਾਡੇ ਇੱਕ ਪਰਾਲੀ ਦਾ ਮਸਲਾ ਸੀਗਾ, ਧੂੰਏ ਦਾ ਮਸਲਾ ਸੀਗਾ, ਇੱਕ ਬਿਜਲੀ ਬਿੱਲ 2020 ਦਾ ਮਸਲਾ ਆ, ਇਹ ਸਾਰੇ ਮਸਲਿਆਂ ਨੂੰ ਵੀ ਨਾਲ ਹੀ ਨਾਲ ਵਿਚਾਰ ਕੇ ਇਹਦਾ ਹੱਲ ਕੱਢਿਆ ਜਾਵੇ, ਜਾਂ ਕੋਈ ਕਮੇਟੀ ਬਣਾ ਕੇ, ਜਾਂ ਆਪਣੇ ਜਿੰਨੇ ਵੀ ਇਹਨਾਂ ਦੇ ਮੰਤਰੀ MP ਹੈਗੇ ਆ ਸਾਡੇ ਨਾਲ ਬਿਠਾ ਕੇ ਉਹਨਾਂ ਦੀ ਮੀਟਿੰਗ ਕਰਾ ਕੇ ਜਿਹੜੇ ਮਸਲੇ ਬਾਕੀ ਵੀ ਰਹਿ ਗਏ ਆ ਉਹਨਾਂ ਨੂੰ ਵੀ ਹੱਲ ਕਰਾਇਆ ਜਾਵੇ। ਜਿਸ ਤਰ੍ਹਾਂ ਹੁਣ ਮੋਦੀ ਸਾਹਿਬ ਕਹਿ ਰਿਹਾ ਕਿ ਮੈਂ ਐਲਾਨ ਕਰ ਦਿੱਤਾ ਕਿ ਇਹ ਸੰਘਰਸ਼ ਜਿਹੜਾ ਇਹ ਚੱਕ ਲਓ, ਇਸ ਤਰ੍ਹਾਂ ਪ੍ਰਧਾਨ ਮੰਤਰੀ ਜੀ, ਇਸ ਤਰ੍ਹਾਂ ਸੰਘਰਸ਼ ਨਹੀਂ ਚੱਕਿਆ ਜਾਣਾ। ਪਹਿਲਾਂ ਪਾਰਲੀਮੈਂਟ ਸੈਸ਼ਨ ਬੁਲਾ ਕੇ ਤੁਸੀਂ ਇਹਨੂੰ ਜਿਸ ਤਰ੍ਹਾਂ ਕਾਨੂੰਨ ਲਾਗੂ ਕੀਤੇ ਸੀ ਉਸ ਤਰ੍ਹਾਂ ਕਾਨੂੰਨਾਂ ਨੂੰ ਰੱਦ ਕਰੋ। ਰੱਦ ਕਰਨ ਤੋਂ ਬਾਅਦ MSP 'ਤੇ ਸਾਨੂੰ ਗਰੰਟੀ ਦਿਓ, ਨਾਲ ਦੀ ਨਾਲ ਬਿਜਲੀ ਬਿੱਲ 2020 ਅਤੇ ਪਰਾਲੀ ਦਾ ਜਿਹੜਾ ਪੋਲਿਊਸ਼ਨ ਵਾਲਾ ਉਹ ਵੀ ਸਾਡਾ ਕਾਨੂੰਨ ਜਿਹੜਾ ਉਹ ਰੱਦ ਕਰੋ, ਤਾਂ ਜਿਹੜਾ ਅਸੀਂ ਸੰਘਰਸ਼ ਚੱਕਾਂਗੇ। ਪੂਰੇ ਜਿੰਨੇ ਵੀ ਸਾਡੇ ਕਾਨੂੰਨ ਤਿੰਨੇ ਰੱਦ ਕੀਤੇ ਆ, ਨਾਲ ਦੀ ਨਾਲ MSP 'ਤੇ ਗਰੰਟੀ ਦੇ ਕੇ ਤਾਂ ਦੂਜੇ ਵੀ ਕਾਨੂੰਨ ਰੱਦ ਕਰਕੇ ਕਿਸਾਨਾਂ ਨੂੰ ਆਪਣਾ ਆਪਣੇ ਘਰ ਭੇਜੋ। ਬਹੁਤ ਵਧੀਆ ਫੈਸਲਾ ਆ। ਤੁਸੀਂ ਕਾਨੂੰਨਾਂ ਨੂੰ ਰੱਦ ਕਰਨ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ? ਪਹਿਲਾਂ ਤਾਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਮੈਂ ਲੱਖ ਲੱਖ ਵਧਾਈਆਂ ਦਿੰਦਾ। ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਹੀ ਅੱਜ ਮੈਂ ਕਹਿੰਦਾ ਮੋਦੀ ਸਾਹਿਬ ਦੇ ਮਨ ਸਮੱਤਿਆ ਪਈ ਆ, ਦੇਰ ਆਏ ਦਰੁਸਤ ਆਏ ਆ। ਚਲੋ ਤਿੰਨ ਖੇਤੀ ਕਾਨੂੰਨ ਰੱਦ ਕਰਨ ਦੀ ਤਾਂ ਉਹਨਾਂ ਨੇ ਗੱਲ ਕੀਤੀ ਹੈ, ਨਾਲ ਦੀ ਨਾਲ MSP 'ਤੇ ਗਰੰਟੀ ਸਾਡੀ, ਉਹਦਾ ਕਾਨੂੰਨ ਹਾਲੇ ਤੱਕ ਬਣਾਉਣ ਵਾਲਾ ਪਿਆ, ਸ਼ਾਇਦ ਉਹਨਾਂ ਨੂੰ ਚੇਤਾ ਭੁੱਲ ਗਿਆ। ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਇਹਦਾ MSP ਦੀ ਗਰੰਟੀ ਦਾ ਕਾਨੂੰਨ ਵੀ ਨਾਲ ਹੀ ਬਣਾਓ। ਨਾਲ ਸਾਡੇ ਇੱਕ ਪਰਾਲੀ ਦਾ ਮਸਲਾ ਸੀਗਾ, ਧੂੰਏ ਦਾ ਮਸਲਾ ਸੀਗਾ, ਇੱਕ ਬਿਜਲੀ ਬਿੱਲ 2020 ਦਾ ਮਸਲਾ ਆ, ਇਹ ਸਾਰੇ ਮਸਲਿਆਂ ਨੂੰ ਵੀ ਨਾਲ ਹੀ ਨਾਲ ਵਿਚਾਰ ਕੇ ਇਹਦਾ ਹੱਲ ਕੱਢਿਆ ਜਾਵੇ, ਜਾਂ ਕੋਈ ਕਮੇਟੀ ਬਣਾ ਕੇ, ਜਾਂ ਆਪਣੇ ਜਿੰਨੇ ਵੀ ਇਹਨਾਂ ਦੇ ਮੰਤਰੀ MP ਹੈਗੇ ਆ ਸਾਡੇ ਨਾਲ ਬਿਠਾ ਕੇ ਉਹਨਾਂ ਦੀ ਮੀਟਿੰਗ ਕਰਾ ਕੇ ਜਿਹੜੇ ਮਸਲੇ ਬਾਕੀ ਵੀ ਰਹਿ ਗਏ ਆ ਉਹਨਾਂ ਨੂੰ ਵੀ ਹੱਲ ਕਰਾਇਆ ਜਾਵੇ। ਜਿਸ ਤਰ੍ਹਾਂ ਹੁਣ ਮੋਦੀ ਸਾਹਿਬ ਕਹਿ ਰਿਹਾ ਕਿ ਮੈਂ ਐਲਾਨ ਕਰ ਦਿੱਤਾ ਕਿ ਇਹ ਸੰਘਰਸ਼ ਜਿਹੜਾ ਇਹ ਚੱਕ ਲਓ, ਇਸ ਤਰ੍ਹਾਂ ਪ੍ਰਧਾਨ ਮੰਤਰੀ ਜੀ, ਇਸ ਤਰ੍ਹਾਂ ਸੰਘਰਸ਼ ਨਹੀਂ ਚੱਕਿਆ ਜਾਣਾ। ਪਹਿਲਾਂ ਪਾਰਲੀਮੈਂਟ ਸੈਸ਼ਨ ਬੁਲਾ ਕੇ ਤੁਸੀਂ ਇਹਨੂੰ ਜਿਸ ਤਰ੍ਹਾਂ ਕਾਨੂੰਨ ਲਾਗੂ ਕੀਤੇ ਸੀ ਉਸ ਤਰ੍ਹਾਂ ਕਾਨੂੰਨਾਂ ਨੂੰ ਰੱਦ ਕਰੋ। ਰੱਦ ਕਰਨ ਤੋਂ ਬਾਅਦ MSP 'ਤੇ ਸਾਨੂੰ ਗਰੰਟੀ ਦਿਓ, ਨਾਲ ਦੀ ਨਾਲ ਬਿਜਲੀ ਬਿੱਲ 2020 ਅਤੇ ਪਰਾਲੀ ਦਾ ਜਿਹੜਾ ਪੋਲਿਊਸ਼ਨ ਵਾਲਾ ਉਹ ਵੀ ਸਾਡਾ ਕਾਨੂੰਨ ਜਿਹੜਾ ਉਹ ਰੱਦ ਕਰੋ, ਤਾਂ ਜਿਹੜਾ ਅਸੀਂ ਸੰਘਰਸ਼ ਚੱਕਾਂਗੇ। ਪੂਰੇ ਜਿੰਨੇ ਵੀ ਸਾਡੇ ਕਾਨੂੰਨ ਤਿੰਨੇ ਰੱਦ ਕੀਤੇ ਆ, ਨਾਲ ਦੀ ਨਾਲ MSP 'ਤੇ ਗਰੰਟੀ ਦੇ ਕੇ ਤਾਂ ਦੂਜੇ ਵੀ ਕਾਨੂੰਨ ਰੱਦ ਕਰਕੇ ਕਿਸਾਨਾਂ ਨੂੰ ਆਪਣਾ ਆਪਣੇ ਘਰ ਭੇਜੋ। ਬਹੁਤ ਵਧੀਆ ਫੈਸਲਾ ਹੈ। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ, ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲਾਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲਾਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ, ਜਾਂ ਕਹਿਣੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ। ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ।
वर्ल्ड फेमस बाबा सलीम खान 21 बार गोल्ड मेडलिस्ट सारियां थामा तो निराश अते मायूस होने वाले एक बार फोन जरूर करो जिवें चाहोगे ओवें होएगा इट्स माय प्रॉमिस इमीडिएटली रिजल्ट ओपन चैलेंज इल्मा दे माहिर ए टू जेड समस्यावां दा फोन ते घर बैठे करवाओ हल वशीकरण अते मुठकरनी लव मैरिज सौतन अते दुश्मन तो छुटकारा पक्का काम पक्का हल 101% गारंटी अष्टाम पेपर समेत सब तो पहला काम करन दा वादा नौकरी प्रमोशन कारोबार च परेशानी घर च झगड़ा कोर्ट केस तलाक प्रॉपर्टी झगड़ा पति पत्नी चनबन जा दुटोना मनमोहनी वशीकरण करवाओ जा तोड़वाओ रुसे नु मनाओ हुणे कॉल करो बाबा सलीम खान 98 199 37 467।